ਕੁੜੀਆਂ ਜਾਣ ਕਾਲਜ ਦੀਆਂ ਮੌਜ ਮਸਤੀ ਨਾਲ। ਉਹ ਮੇਰੇ ਵਰਗਾ ਮਗਰੋਂ ਗਿਆ, ਦੇਖੋ ਭਾਈ ਦੇਖੋ ਭਾਈ ਕਰਦੇ ਨੇ ਸਾਈਕਲ ਕੁੜੀ 'ਚ ਮਾਰਿਆ, ਜਿਹੜੀ 'ਚ ਨਹੀਂ ਸੀ ਵੱਜਿਆ। ਕਹਿੰਦੀ ਬਾਬਾ ਟੱਲੀ ਮਾਰ ਦਿੰਦਾ, ਤੇਰਾ ਟੱਲੀ ਸੁਰ ਕੇ ਪਾਸ ਡਿੱਗ ਗਿਆ, ਸਾਈਕਲ ਹੀ ਮਾਰਦਾ ਉਹਦੀਆਂ। ਬਾਬਾ ਦਾੜੀ ਵੱਗੀ ਆ, ਗੱਲਾਂ ਕਿਹੋ ਜਿਹੀਆਂ ਕਰਦਾ, ਸਾਈਕਲ ਮਾਰਿਆ ਨਾਲੇ ਬੋਲਟ ਕੇ ਮਜ਼ਾਕ ਕਰਦਾ, ਆਹ ਦਾੜੀ ਆ ਸੁਰ ਕੇ ਬ੍ਰੇਕ ਤਾਂ ਨਹੀਂ। ਉਹ ਤਾਂ 100 ਦੇ ਵਿੱਚ ਅੱਖਰ ਹੋ ਗਿਆ। ਜਦੋਂ ਆਪਾਂ ਮਲਟੀਪਲਾਈ ਕਰਦੇ ਹਾਂ, ਜਿਹੜਾ ਉਹਦਾ ਜੋੜਨਾ, ਜਦੋਂ ਆਪਾਂ ਨੂੰ ਹਰ ਇੱਕ ਜੋੜੀ ਜਦੋਂ ਪਲੱਸ ਕਰਦਾ ਉਨਾ ਹੀ ਆਉਂਦਾ। ਦੱਸ ਦਿਓ ਕਿਹੜਾ ਅੱਖਰ ਆ ਉਹ। ਮੈਂ ਤੁਹਾਨੂੰ ਪੁੱਛਿਆ ਇਹ ਤਾਂ ਵੀ ਤੁਹਾਨੂੰ, ਤੁਸੀਂ 12-12 ਪੜ੍ਹੋ, ਮੈਂ 5 ਪੜ੍ਹਿਆ। 1965 ਦਾ ਪੜ੍ਹਨ ਨੂੰ ਹਟਿਆ। ਮੈਨੂੰ ਪ੍ਰੋਫੈਸਰ ਦੀ ਕਹਿੰਦੀ ਕੀ ਸੁਣੇਗਾ, ਮੈਂ ਕਿਹਾ ਮੈਂ ਇਹਨਾਂ ਤੋਂ ਪਹਾੜੇ ਸੁਣੂ, ਇਹਨਾਂ ਤੋਂ ਪੜ੍ਹਾਈ ਬਾਰੇ ਪੁੱਛੂ। ਉਹ ਕਹਿੰਦੀ ਬਾਪੂ ਵੀ ਤੈਨੂੰ ਕਿੰਨੇ ਆਉਂਦੇ ਆ। ਮੈਂ ਕਿਹਾ ਮੈਂ 1965 ਦਾ ਪੜ੍ਹਨ ਨੂੰ ਹਟਿਆ, ਵੀ ਮੈਨੂੰ 20 ਤੱਕ ਪਹਾੜੇ ਹੁਣ ਆਉਂਦੇ ਆ। ਅਤੇ ਮੈਂ ਕਿਹਾ ਤੂੰ ਮੈਨੂੰ ਸੁਣਾ ਦੇ 5 ਦਾ ਪਹਾੜਾ ਪੁੱਠਾ 20 ਤੋਂ ਲਾ ਕੇ ਥੱਲੇ ਨੂੰ। ਉਹ 20-50 ਸੌ ਕਹਿ ਕੇ ਰਲ ਗਈ, ਪਤਾ ਨਾ ਲੱਗੇ। ਮੈਂ ਕਿਹਾ ਮੈਡਮ ਰੁਕ ਜਾ, ਤੈਨੂੰ ਮੈਂ ਸੁਣਾਉਣਾ। ਮੈਂ 20-50 100 19-5-95-18-5-90 17-5-85-16-5-80-15-5-75-14-5-70-13-5-65-12-5-60 11-5-55-10-50 9-5-48-5-40-7-5-35 6-5-30-5-5-25 5-6-20-3-5-15 2-5-10-1-5-5 ਪੜ੍ਹਦੇ ਤੁਸੀਂ ਨਹੀਂ ਜੇ ਤੁਹਾਨੂੰ ਸਵਾਲ ਕੱਢ ਕੇ ਦਿੱਤਾ, ਤੁਸੀਂ ਸਵਾਲ ਨਹੀਂ ਕੱਢ ਕੇ ਲਿਆਏ, ਤੁਸੀਂ ਤੁਹਾਨੂੰ ਲਿਖ ਲਿਖ ਕੇ ਦਿੱਤਾ ਵੀ ਉਹ ਨਹੀਂ ਤੁਸੀਂ ਯਾਦ ਕਰਕੇ ਲਿਆਏ। ਅਤੇ ਮੈਂ ਕਿਹਾ ਮਾਸਟਰ ਨੇ ਤੁਹਾਨੂੰ ਕਢਾ ਕੇ ਤੁਹਾਡੇ ਥੱਪੜ ਮਾਰਤਾ ਜਾਂ 2 ਮੁੱਕੀਆਂ ਮਾਰਤੀਆਂ ਜਾਂ ਡੰਡਾ ਹੱਥ 'ਤੇ ਮਾਰਤਾ ਤੁਸੀਂ? ਮੈਂ ਸਟੇਜ 'ਤੇ ਕਿਹਾ, ਮੈਂ ਤੁਸੀਂ ਕਹਿੰਦਾ ਨਿੱਘੀ ਸਾਡੇ ਬਾਲ ਬੂਟੀ ਰੋਲਾ ਮਾਰੂ ਵੀ ਅਧਿਆਪਕ ਨੂੰ ਕੀ ਲਾ ਤੁਹਾਡੇ ਰੋੜੇ ਖਾਣ ਦੀ, ਉਹਦਾ ਤਨਖਾਹ ਮਿਲ ਜਾਣੀ ਆ, ਪੜ੍ਹਨਾ ਤਾਂ ਤੁਸੀਂ ਆ, ਇਹ ਆਪਣਾ ਵਿੱਦਿਆ ਗੁਰੂ ਆ। ਮੁੰਡੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨਾ ਲਾਈ, ਵਿਹਲਾ ਬਹਿ ਕੇ ਮੌਜ ਅੜਾਈ, ਕਬਜ਼ਾ ਕਰ ਸਰਦਾਰੀ ਤੇ, ਸੱਡ ਕੰਮ ਦਾ ਖੈੜਾ ਹੋ ਜਾ ਠੋਰਾ ਠਾਰੀ ਤੇ। ਨੋਹਾਂ ਆਖਣ ਲੱਗ ਕੇ ਚਰਨੀ, ਬਾਬਾ ਹੁਣ ਖੇਚਲ ਨਾ ਕਰਨੀ, ਐਡਾ ਹੋਰ ਕਿਸੇ ਦਾ ਕਰਨੀ ਭਰਿਆ ਮੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਤੜਕੇ ਉੱਠ ਕੇ ਹੋਸ ਸੰਭਾਲਣ, ਬਾਬੇ ਤੋਂ ਮੰਗਵਾ ਕੇ ਬਾਲਣ, ਲੱਗੀ ਚਾਹ ਨੂੰ ਫਿਰ ਉਬਾਲਣ, ਸੇਤੀ ਹੀ ਬਣ ਜਾਣੀ ਆ, ਚਾਰ ਕਦੇ ਦੇ ਗੇੜੇ ਪਾਈ ਪਈ ਮਨਾਣੀ ਆ, ਪੀਲਾ ਚਾਹ ਬਾਬਾ ਜੀ ਕਹਿੰਦੀ, ਹੁਣ ਤਾਂ ਮਖਣੀ ਆਜੂ ਪੈਂਦੀ ਜੀ, ਹੁਣ ਕਸਰ ਮਮੂਲੀ ਰਹਿੰਦੀ ਨਹੀਂ ਚੰਬੇਲਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ, ਹੈ ਸੀ ਸੱਤਾ ਨੁਹਾਂ ਦੀ ਟੋਲੀ, ਤੀਜੀ ਧਾਰ ਕੱਢਦੀ ਬੋਲੀ, ਬਾਬਾ ਲਿਆ ਦਾਣੇ ਦੀ ਚੋਲੀ, ਚੱਟ ਲਿਆਵੀਂ ਵੇ ਬਾਬਾ, ਨਾਲੇ ਫੌੜਾ ਫੜਕੇ ਫੋਸ ਹਟਾਵੀਂ ਵੇ ਬਾਬਾ, ਕੱਢ ਕੇ ਧਾਰ ਸੜਾ ਗਈ ਕੰਨੀ, ਕਰ ਗਈ ਉਂਗਲ ਕਿੱਲੇ ਬੰਨੀ, ਕੱਟਾ ਛੱਡ ਜਗਾ ਕੇ ਬੰਨੀ ਹੋਇਆ ਕਬੇੜਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ, ਚੌਥੀ ਕਰਦੀ ਬਾਬਾ ਬਾਬਾ, ਚੱਕੀ ਫਿਰਦੀ ਪੌਣਾ ਸਾਬਾ, ਕਹਿੰਦੀ ਧੰਦਾ ਵੇ ਹਸਾਬਾ, ਹੋਈ ਪਛੇਤੀ ਵੇ ਬਾਬਾ, ਚੱਲ ਤੰਦੂਰ ਤਪਾ ਦੇ ਹੋ ਜੂ ਛੇਤੀ ਵੇ ਬਾਬਾ, ਬਹਿ ਗਈ ਹੋ ਆਟੇ ਦੇ ਨੇੜੇ, ਲੱਗੀ ਕਰਨ ਬੈਠ ਕੇ ਪੇੜੇ, ਉੱਧਰ ਦੋਕ ਦਬਾ ਲਿਆ ਗੇੜੇ, ਰੋਂਦਾ ਗੇਲਾ ਬਾਬਾ ਜੀ, ਰੋਂਦਾ ਗੇਲਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ, ਚੁੰਨੀ 5 ਮਹੀਨੇ ਫਿਰ ਤਾਣੀ, ਕਹਿੰਦੀ ਰੋਟੀ ਖੇਤ ਲਿਜਾਣੀ, ਨਾਲੇ ਲੈ ਜਾ ਲੱਸੀ ਪਾਣੀ, ਮੈਂ ਤਾਂ ਕੇਸੀ ਨਹਾਉਣਾ ਹੈ, ਛੇਤੀ ਹੀ ਮੁੜਾ ਵੀ ਬਾਪੂ ਪੀਣ ਪਿਹਾਉਣਾ ਹੈ। ਬੁੱਢਾ ਮੁੜਿਆ ਖਾ ਕੇ ਫੋਰਾ, ਸਿਰ 'ਤੇ ਝੱਟ ਚਕਾਤਾ ਬੋਰਾ, ਪਿਆਈ ਬੰਧਨਾ ਦੇ ਮੀ ਭੋਰਾ, ਪੈਸਾ ਧੇਲਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ, ਛੇਵੀਂ ਬੋਲੀ ਪੱਲਾ ਕਰਕੇ, ਬੱਠਲ ਗੋਹੇ ਵਾਲਾ ਭਰ ਕੇ, ਬਾਬਾ ਜਾਈ ਸਿਰ 'ਤੇ ਧਰ ਕੇ, ਹੈ ਨਹੀਂ ਸ਼ਰਮ ਚੁਕਾਉਂਦੀ ਨੂੰ, 3-4 ਬੱਠਲ ਰਹਿ ਗਏ ਰੱਖਦੀ ਭਰ ਕੇ ਆਉਂਦੀ ਨੂੰ, ਨਾਲੇ ਪਸ਼ੂ ਤਿਹਾਏ ਮਰਦੇ, ਪਾਣੀ ਪਿਆ ਕੇ ਸਾਵੇਂ ਕਰਦੇ, ਬਾਬਾ ਲੜਦੇ ਸਾਡੇ ਕਰਦੇ, ਹੋਇਆ ਕਬੇੜਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ, 7ਵੀਂ ਬੋਲੀ ਢਲੇ ਦੁਪਹਿਰੇ, ਲਾਗੀ ਦੱਥੇ ਹੋ ਗਏ ਗਹਿਰੇ, ਬੈਰੀ ਬਣ ਗਏ ਡੁੱਬਣੇ ਮਹਿਰੇ, ਨਾ ਅੱਜ ਬੌੜੇ ਵੇ ਬਾਬਾ, ਚੱਲ ਨਲਕੇ ਤੋਂ ਭਰਦੇ ਚਾਰ ਕਤੌੜੇ ਵੇ ਬਾਬਾ, ਹੈ ਨੀ ਗੁਜ ਚਰਖੇ ਵਿੱਚ ਪੂਰੀ, ਸੱਡੇ ਸੂਤ ਕਰਾ ਦੇ ਊਰੀ, ਨਾਲੇ ਲਿਆ ਦੇ ਰੰਗ ਸੰਦੂਰੀ, ਨਾਲੇ ਟੇਲਾ ਬਾਬਾ ਜੀ। ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਮੈਨੂੰ ਇੱਕ ਗੱਲ ਦੱਸ ਦਿਓ, ਤੁਸੀਂ ਕਿੰਨੇ ਕਿੰਨੇ ਪੜ੍ਹੇ ਹੋ?
सौ दे विच खरा हो जाया जो आप मल्टीप्लाई करते हैं जो जोड़ना जो हर एक जोड़ी जो प्लस कर रहा उन्ना ही आता दस दो कि अखर है मैं थोनू पुछया ये थोन बारह बारह पढ़ो मैं पांच पढ़िया 1965 का पढ़ना हटिया अखर पुत नाया ये थोनू नाया कह के हट गया एक नया नया बराबर नया आ गया दो नया 18 अठ से एक नौ नौ ते अठाई दो ते सत्त नौ नौ चौका 36 तीन ते छे नौ नौ पाँच 45 चार ते पाँच नौ नौ छः 53 पाँच ते चार नौ नौ सात 63 छे ते तीन नौ नौ 8 72 सत्त ते दो नौ नौ ने 81 अठ ते एक नौ 10 नौ 90 जो थले जीरो लाओगे आंसर भी नौ ही आया ठीक है ना गलत तो नहीं है फिर मैं चलिया गया स्कूल मैं प्रोफेसर की कहती की सुनेगा मैं क्या मैं इन्होंने पहाड़े सुनू इन्हों तो पढ़ाई बारे पुछू वो कहती बापू भी तेनू किन्ने आते मैं क्या मैं 1965 का पढ़ने हटा भी मैनू 20 तक पहाड़े हूँ आते कहती बापू 19 का सुना दे मैं क्या 19 का सुन ला मैं क्या 19 एक उन्नी 38 57 76 95 95 19 सिक्का 114 97 133 152 179 190 फिर मैंने वो बाबू 15 का सुना दे मैं 15 एक 15 30 15 45 1500 60 15 5 75 15 सिक्की 90 15 7 105 15 8 120 15 9 135 15 10 150 फिर मैं उन्होंने कहा मैं मैं तो तेन सुनाता कहती बापू हूँ मैंने स्वाद आ गया कहती हूँ कहती तू पुछेगा भी तेन आते तो है ना ठीक है ते मैं क्या मैं मैडम मैं तो तेन सुनाते जोड़ा मर्जी होर सुन ला तो मैं क्या तू मैनू सुना दे पांच का पौड़ा पुट्ठा 20 तो ला के थले भी पाँच सौ कह के रल गई पता ना लगे मैं क्या मैडम रुक जा तेन मैं सुना मैं 20 500 19 595 18 590 17 585 16 580 15 575 17 14 75 13 565 12 560 11 555 10 550 9 545 8 540 7 535 6 530 5 545 5 4 20 3 515 2 510 1 5 5 तो फिर मैंने वो बापू हूँ सुना हूँ कहती मैं पता लग गया भी तू तेनू आ कुछ मैं पैसे देते चढ़ गया मैं क्या विद्यार्थी हो तुहानू 11-12 साल हो गए पढ़दियां नू जिहनू 20 तक पहाड़े उहदा बाँह खड़ी करके आओ ना 12वीं वाला ना 11वीं वाला ना 9वीं वाला ना 10वीं वाला ना 8वीं वाला ना 7वीं वाला कोई भी ना निकलिया फिर मैनू उहने आहा पहाड़े पुछे कहिंदी तू सुना दे 19 फिर मैं 19 सुनाता फिर कहिंदी 15 सुना दे 15 कहिंदी बापू 5 दा पहाड़ा नू पुट्ठा भी सुना दे उह भी मैं सुनाता मैं हुण तुहानू सुनाया फिर मैं कहा भी तुसीं अध्यापक नू माड़ा कहिंदे हो विद्यार्थी हो कसूर तुहाडा हुंदा पढ़ते तुसी नहीं जे थोनू सवाल कढ दित्ते आ तुसी सवाल नहीं कढ के लियाए थोनू लिख लिख के दिता भी वो नहीं तुसी याद करके लियाए तो मैं क्या तो मास्टर ने थोड़े कढ़िया के थोड़े थप्पड़ मारता जां दो मुक्कियां मारते जां डंडा हाथ ते मारता तुसी मैं स्टेज ते कहा मैं तुसी कहिंदा निक्की साडे बार फूटे रोला मारू बे अध्यापक नू की लड़ा थोड़े रोड़े खाण दी उहदा तनखाह मिल जाणी आ पढ़ना ते तुसी आ ये अपना विद्या गुरु वा ते फिर मैनू आदी बापू गाना सुना दे मैं गाना सुन लो मैं एक बजुर्ग ने सत्त मुंडे सत्त नूहां मुंडिया ने तो करती पेशेंट कहते बापू वेला रहा कर ते कथा कीर्तन सुना कर गुरद्वारा साहब जाकर सत्त च बैठा कर चिट्टे पा के चंगा पुत ते जो सवेरे बजुर्ग चाह चू पी के गुरद्वारा साहब नू जाण लग्या वड्डी नौ मूहरे हो गई कहती बापू गुरद्वारा साहब हाँ पुत कहती तेरा मुंडा सवेर का बढ़ता तो हाल बोलता डोलना चाहता फड़ाया लिया पुत फिर दूजी मूहरे हो गई कहती आ बापू आके आता है मेरा भी काम करें मेरी ड्यूटी है खेतों छिट गई नरमे की भरी लियानी है बालन वो चक्की आई चंगा बाप चंगा पिछेरा फिर तीजी मूहरे हो गई कहती आके बापू मेरा भी काम करें मेरी ड्यूटी लग गया पिछड़ी पिना चक्की तो प्या लिया मुंडे ने तो करती पेंशन तो नूहा दे आ गया डिके कहीं तो बजुर्ग भी यहोजे होंगे मजाक गए कुड़ियां जान कॉलेज दिया मौज मस्ती नाल वो मेरे का मगरों गया देखो भाई कर देने साइकिल कुड़ी च मारिया जिड़ी च नहीं सी बजिया कहती बाबा टली मार दिंदा कहता टली थोड़ गया पास रख दिया साइकिल ही मारता वोदिया बाबा दाड़ी बगी है गल्ला किहोजियां करना साइकिल मारिया नाले बोल्ट के मजाक करना आ दाड़ी आ थोड़ गया ब्रेक तो नहीं
ਉਹਦਾ ਮਜ਼ਾਕੀਆ ਸੀ, ਮਜ਼ਾਕ ਮਜ਼ਾਕ 'ਚ ਨਿਕਲ ਗਿਆ। ਇਹ ਬੇਚਾਰਾ ਭਲਾ ਮਨ 'ਚ ਫਸ ਗਿਆ। ਉਹ ਤੜਕੇ ਉੱਠਿਆ ਜਦੋਂ ਉਹਨੇ ਕਿਹਾ ਵੀ ਚਾਹ, ਮੇਰੀ ਨੂੰਹ ਨੇ ਚਾਹ ਕਰਤੀ ਹੋਊ। ਉਹ ਅਜੇ ਚਾਹ ਮੂੰਹ ਮਾਂ ਧੋ ਕੇ ਹਟੀ। ਉਹ ਕਹਿੰਦੀ ਬਾਪੂ ਤੂੰ ਬਾਲੇ 'ਚੋਂ ਬਾਲਣ ਲੈਂਦੀ, ਜਿਵੇਂ ਆਪਣੇ ਘਰ ਦੇ ਨਾਲ ਬਾੜਾ ਹੁੰਦਾ ਬਾਲਣ ਵਾਲਾ। ਉਹ ਬਾਲਣ ਲੈਣ ਚੱਲਿਆ ਗਿਆ, ਆਉਂਦੇ ਨੂੰ ਵਧਾਣੀ ਪਾਤੀ ਹੱਥਾਂ ਰੜਕਣ ਵਾਲੀ। ਹੁਣ ਮੈਂ 7 ਦਿਨ ਲਾਈਟ ਨਾ ਆਵੇ, ਬੁੜੀਆਂ ਦੁੱਧ ਨਹੀਂ ਰਿੜਕਦੀਆਂ, ਅਤੇ ਉਹਦੀ ਹੁਣ ਕਿਵੇਂ ਚਰਖੜੀ ਘੁਮਾਉਂਦੀਆਂ। ਮੁੰਡੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨਾ ਲਾਈ, ਵਿਹਲਾ ਬਹਿ ਕੇ ਮੌਜ ਅੜਾਈ, ਕਬਜ਼ਾ ਕਰ ਸਰਦਾਰੀ ਤੇ, ਸਾਡ ਕੰਮ ਦਾ ਖੈੜਾ ਹੋ ਜਾ ਠੋਰਾ ਠਾਰੀ ਤੇ। ਨੋਹਾ ਆਖਣ ਲੱਗ ਕੇ ਚਰਨੀ, ਬਾਬਾ ਹੁਣ ਖੇਚਲ ਨਾ ਕਰਨੀ, ਐਡਾ ਹੋਰ ਕਿਸੇ ਦਾ ਕਰਨੀ ਭਰਿਆ ਮੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਤੜਕੇ ਉੱਠ ਕੇ ਹੋਸ ਸੰਭਾਲਣ, ਬਾਬੇ ਤੋਂ ਮੰਗਵਾ ਕੇ ਬਾਲਣ, ਲੱਗੀ ਚਾਹ ਨੂੰ ਫਿਰ ਉਬਾਲਣ, ਸੇਤੀ ਹੀ ਬਣ ਜਾਣੀ ਆ, ਚਾਰ ਕਦੇ ਦੇ ਗੇੜੇ ਪਾਈ ਪਈ ਮਨਾਣੀ ਆ, ਪੀਲਾ ਚਾਹ ਬਾਬਾ ਜੀ ਕਹਿੰਦੀ, ਹੁਣ ਤਾਂ ਮਖਣੀ ਆਜੂ ਪੈਂਦੀ ਜੀ, ਹੁਣ ਕਸਰ ਮਮੂਲੀ ਰਹਿੰਦੀ ਨਹੀਂ ਚੰਬੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਹੈ ਸੀ ਸੱਤਾ ਨੁਹਾਂ ਦੀ ਟੋਲੀ, ਤੀਜੀ ਧਾਰ ਕੱਢਦੀ ਬੋਲੀ, ਬਾਬਾ ਲਿਆ ਦਾਣੇ ਦੀ ਚੋਰੀ, ਚੱਟ ਲਿਆਵੀਂ ਵੇ ਬਾਬਾ, ਨਾਲੇ ਫੌੜਾ ਫੜਕੇ ਫੋਸ ਹਟਾਵੀਂ ਵੇ ਬਾਬਾ, ਕੱਢ ਕੇ ਧਾਰ ਸੜਾ ਗਈ ਕੰਨੀ, ਕਰ ਗਈ ਉਂਗਲ ਕਿੱਲੇ ਬੰਨੀ, ਕੱਟਾ ਛੱਡ ਜਗਾ ਕੇ ਬੰਨੀ, ਹੋਇਆ ਕਬੇੜਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਚੌਥੀ ਕਰਦੀ ਬਾਬਾ ਬਾਬਾ, ਚੱਕੀ ਫਿਰਦੀ ਪੌਣਾ ਸਾਬਾ, ਕਹਿੰਦੀ ਤੰਦਾ ਵੇ ਹਸਾਬਾ, ਹੋਈ ਪਸੇਤੀ ਵੇ ਬਾਬਾ, ਚੱਲ ਤੰਦੂਰ ਤਪਾ ਦੇ ਹੋ ਜੂ ਛੇਤੀ ਵੇ ਬਾਬਾ, ਬਹਿ ਗਈ ਹੋ ਆਟੇ ਦੇ ਨੇੜੇ, ਲੱਗੀ ਕਰਨ ਬੈਠ ਕੇ ਪੇੜੇ, ਉਧਰ ਦੋਕ ਦਬਾ ਲਿਆ ਗੇੜੇ, ਰੋਂਦਾ ਗੇਲਾ ਬਾਬਾ ਜੀ, ਰੋਂਦਾ ਗੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਚੁੰਨੀ ਪੰਜਵੀਂ ਨੇ ਫਿਰ ਤਾਣੀ, ਕਹਿੰਦੀ ਰੋਟੀ ਖੇਤ ਲਿਜਾਣੀ, ਨਾਲੇ ਲੈ ਜਾ ਲੱਸੀ ਪਾਣੀ, ਮੈਂ ਤਾਂ ਕੇਸੀ ਨਹਾਉਣਾ ਹੈ, ਛੇਤੀ ਹੀ ਮੁੜਾ ਵੀ ਬਾਪੂ ਪੀਣ ਪਿਹਾਉਣਾ ਹੈ। ਬੁੱਢਾ ਮੁੜਿਆ ਖਾ ਕੇ ਫੋਰਾ, ਸਿਰ 'ਤੇ ਝੱਟ ਚਕਾਤਾ ਬੋਰਾ, ਪਿਆਈ ਬੰਧਨਾ ਦੇ ਵੀ ਭੋਰਾ, ਪੈਸਾ ਧੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਛੇਵੀਂ ਬੋਲੀ ਪੱਲਾ ਕਰਕੇ, ਬੱਠਲ ਗੋਹੇ ਵਾਲਾ ਭਰ ਕੇ, ਬਾਬਾ ਜਾਈ ਸਿਰ 'ਤੇ ਧਰ ਕੇ, ਹੈ ਨਹੀਂ ਸ਼ਰਮ ਚੁਕਾਉਂਦੀ ਨੂੰ, ਤਿੰਨ ਚਾਰ ਬੱਠਲ ਰਹਿ ਗਏ ਰੱਖਦੀ ਭਰ ਕੇ ਆਉਂਦੀ ਨੂੰ, ਨਾਲੇ ਪਸ਼ੂ ਤਿਹਾਏ ਮਰਦੇ, ਪਾਣੀ ਪਿਆ ਕੇ ਸਾਵੇਂ ਕਰਦੇ, ਬਾਬਾ ਲੜਦੇ ਸਾਡੇ ਕਰਦੇ, ਹੋਇਆ ਕਬੇੜਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ। ਸੱਤਵੀਂ ਬੋਲੀ ਢਲੇ ਦੁਪਹਿਰੇ, ਲਾਗੀ ਦੱਥੇ ਹੋ ਗਏ ਗਹਿਰੇ, ਬੈਰੀ ਬਣ ਗਏ ਡੁੱਬਣੇ ਮਹਿਰੇ, ਨਾ ਅੱਜ ਬੌੜੇ ਵੇ ਬਾਬਾ, ਚੱਲ ਨਲਕੇ ਤੋਂ ਭਰਦੇ ਚਾਰ ਕਤੌੜੇ ਵੇ ਬਾਬਾ, ਹੈ ਨੀ ਗੁਜ ਚਰਖੇ ਵਿੱਚ ਪੂਰੀ, ਛੱਡੇ ਸੂਤ ਕਰਾ ਦੇ ਊਰੀ, ਨਾਲੇ ਲਿਆ ਦੇ ਰੰਗ ਸੰਦੂਰੀ, ਨਾਲੇ ਟੇਲਾ ਬਾਬਾ ਜੀ, ਕੰਮ ਕਾਰ ਨਹੀਂ ਹੋਰ ਫਿਰ ਤੂੰ ਵਿਹਲਾ ਬਾਬਾ ਜੀ।